ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਜੇਕਰ ਤੁਸੀਂ ਲੌਂਗ ਡਰਾਈਵ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਵੀ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਭ ਨਜ਼ਾਰਾ ਤੁਸੀਂ ਅਪਰਾ ਤੋਂ ਨਗਰ ਜਾਂਦੀ ਸੜਕ ਤੇ ਡਰਾਈਵ ਕਰਕੇ ਲੈ ਸਕਦੇ ਹੋ। ਇਸ ਸੜਕ ਦੀ ਹਾਲਤ ਇਸ ਤਰ੍ਹਾਂ ਬਦ ਤੋਂ ਬਦਤਰ ਹੋ ਚੁੱਕੀ ਹੈ ਕਿ ਨਗਰ ਤੋਂ ਅਪਰਾ ਮਹਿਜ 5 ਮਿੰਟ ਦਾ ਸਫ਼ਰ ਹੈ, ਜੋ ਕਿ ਸੜਕ ਟੁੱਟੀ ਹੋਣ ਕਰਕੇ 50 ਮਿੰਟ ਵਿੱਚ ਤੈਅ ਕੀਤਾ ਜਾਂਦਾ ਹੈ। ਅਤੇ ਹਰ ਸਫ਼ਰ ਕਰਨ ਵਾਲੇ ਇਨਸਾਨ ਲਈ ਇਹ ਸਫ਼ਰ ਲੌਂਗ ਡਰਾਈਵ ਦਾ ਕੰਮ ਕਰਦਾ ਹੈ। ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਾਰਨ ਇਸ 'ਤੇ ਜਾਣ ਵਾਲੇ ਵਾਹਨ ਕਾਫ਼ੀ ਘੱਟ ਰਫ਼ਤਾਰ ਨਾਲ ਚੱਲਦੇ ਨੇ, ਜਿਸ ਕਾਰਨ ਲੁੱਟ ਖੋਹ ਕਰਨ ਵਾਲਿਆਂ ਦੀ ਵੀ ਚਾਂਦੀ ਹੋਈ ਪਈ ਹੈ ਅਤੇ ਉਹ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਨੇ। ਇਸ ਲੌਂਗ ਡਰਾਈਵ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨਾਲ ਅਕਸਰ ਲੁੱਟ ਖੋਹ ਦੀਆਂ ਵਾਰਦਾਤਾਂ ਹੋਣਾ ਆਮ ਗੱਲ ਹੋ ਗਈ ਹੈ। ਦਰਅਸਲ ਇਹ ਸੜਕ ਅਕਾਲੀ ਭਾਜਪਾ ਸਰਕਾਰ ਵੇਲੇ ਬਣੀ ਸੀ ਅਤੇ ਸੜਕ ਬਣਨ ਨੂੰ ਲਗਭਗ 2 ਸਾਲ ਲੱਗ ਗਏ, ਜਿਸ ਕਾਰਨ ਇਸ ਸੜਕ ਨੂੰ ਬਣਾਉਣ ਵਾਲਾ ਠੇਕੇਦਾਰ ਸ਼ੱਕ ਦੇ ਘੇਰੇ ਵਿੱਚ ਆ ਗਿਆ ਸੀ। ਵਾਰ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਗੱਲ ਲਿਆਉਣ 'ਤੇ ਪ੍ਰਸ਼ਾਸਨ ਵੱਲੋਂ ਇਸ ਸੜਕ ਨੂੰ 5 ਸਾਲ ਪੈਂਚਰ ਵੀ ਲਗਾਏ ਗਏ, ਪਰ ਸ਼ਾਇਦ ਉਹ ਪੈਂਚਰਾਂ ਦੀ ਵੀ ਮੁਨਿਆਦ ਕੋਈ ਜ਼ਿਆਦਾ ਨਹੀਂ ਰਹੀ, ਜਿਸ ਕਰਕੇ ਹੁਣ ਇਸ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਅਤੇ ਲੋਕਾਂ ਦੀ ਮੰਗ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਇਸ ਸੜਕ 'ਤੇ ਹੁੰਦੇ ਹਾਦਸੇ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਭਾਈ ਸਮੱਸਿਆ ਇੰਨੀ ਆ ਕਿ ਆਪਣੇ ਜਾਣ ਨੂੰ ਜਾਣੀ ਕਿ 2-3 ਮਿੰਟ ਦਾ ਰਸਤਾ ਆ, ਜਿਹੜਾ ਕਿ 15 ਜਾਂ 20 ਮਿੰਟ ਆਰਾਮ ਨਾਲ ਲੱਗਦੇ ਆ, ਜਾਣੀ ਕਿ ਟੋਏ ਇੰਨੇ ਆ ਕਿ ਟੋਏ ਵੀ ਬੜਾ ਹਾਦਸਾ ਹੋ ਸਕਦਾ ਜੀ। ਜਾਣੀ ਕਿ 2-4 ਵਾਰੀ ਤਾਂ ਸਾਡੇ ਪਿੰਡ ਦੇ ਮੁੰਡੇ ਪਾ ਕੇ ਗਏ ਮਿੱਟੀ ਉੱਥੇ, ਠੀਕ ਆ ਜੀ, ਜੇ ਇਹਨੂੰ ਬਣਾਉਣਾ ਚਾਹੀਦਾ, ਠੀਕ ਆ ਜੀ, ਇੱਥੇ ਗੌਰ ਕਰਨੀ ਚਾਹੀਦੀ ਆ ਸਰਕਾਰ ਨੂੰ। ਇੱਕ ਖੱਡੇ 'ਚੋਂ ਦੂਏ ਖੱਡੇ 'ਚੋਂ 30 ਖੱਡੇ ਵੀ ਜਾਂਦਾ ਆ, ਇੰਨੀ ਸਮੱਸਿਆ ਬੁਰੀ ਆ ਨਾ ਅਹਿਸਾਸ ਦੀ, ਇਹ ਨਗਰ ਤੋਂ ਲੈ ਕੇ ਆਪਣੇ ਛੋਕਰਾਂ ਤੱਕ, ਆਪਣੇ ਚਾਲਾਂ ਤੱਕ ਹੈ ਜੀ। ਸਮਰਾੜੀ ਤੋਂ ਅੱਗੇ ਚਾਲਾ ਹੈ ਨਾ, ਉੱਥੇ ਤੱਕ ਟੁੱਟੀ ਸੜਕ ਇੰਨੀ ਆ ਕੇ ਬੁਰੀ ਹਾਲਤ ਆ, ਲੇਕਿਨ ਲੋਕ ਪਰੇਸ਼ਾਨ ਹੁੰਦੇ ਆ, ਗਾਲਾਂ ਕੱਢਦੇ ਜਾਂਦੇ ਸਰਕਾਰ ਨੂੰ, ਜੇ ਵੋਟ ਪਾਉਂਦੇ ਉਹ ਵੀ ਨਹੀਂ ਸੁਣਦੇ। ਇਹ ਸਰਕਾਰ ਬਣ ਕੇ ਕਹਿੰਦੀ ਸੜਕਾਂ ਵਧੀਆ, ਆਪਣੀਆਂ ਸੜਕਾਂ ਵੀ ਨਹੀਂ ਬਣਾਉਂਦੇ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।